بسم الله الرحمن الرحيم. اللهم كل وليك الحجة ابن الحسن صلواتك عليه في هذا الساعات وفي كل ساعة من ساعة الليل والنهار واليوم وحافظا ودليل وإن حتى تسكنه أرزاقا بسم الله الرحمن الرحيم. يا كاشف الكرب عن وجه الحسين اكشف كربي وكرب المؤمنين بحق اخيك الحسين. يا باب الحوائج يا صاحب أدركني في سبيل الله. اللهم صل على محمد وآل محمد ويجل فرج آل محمد تو ساکو بھیڑی صدیا کر تواڑی زندگی ہوئے تے اسا تے کو ویر صدے سو تو ساڈے ویڑے آیا کر اسا تے کو چاو کھڑے سو بیبیا دی ماں امبل بنی ناراض جے تھئی اساں راضی آپ کرے سوں بیبیا دی ہویا وعدہ کربل لاش تڑی تے اساں سر دے وال کھلے سوں بیبیا دے ہویا وعدہ کربل لاش تڑی تے اساں سر دے وال کھلے جداں بیبی آکھیا عباس کو بھیڑی صدا کر عباس دا سر جھکوئے انج کر کے روندا کھلے بیبی آدی عباس رو نہیں میں کو دسا تو میڈا کون ہے بیبی میں نو کر تے میں کونا تو میری سینے بی بی عباس دے سر تے ہتھ رکھے
ਬੀਬੀ ਦੀ ਅੱਬਾਸ ਜੇ ਤੂੰ ਨੌਕਰੇ ਤੇ ਮੈਂ ਸਹਿਣਾ ਵੱਤ ਦੱਸ ਨਹੀਂ ਨੌਕਰ ਆਂਦੇ ਵਿਹੜਿਆਂ ਵਿੱਚ ਤੇ ਫਰਮਾਇਆ ਜਾਈ ਜ਼ਹਰਾ ਦੀ ਮੈਂ ਕੋ ਸੋਚ ਸਮਝ ਕੇ ਦਸ ਗਾਜ਼ੀ ਤੋੜੇ ਵੀ ਨਸੀਹਤ ਮਾਦੀਆਂ ਬੀਬੀਆਂ ਦੀ ਜਾਂਦਾ ਮਈਆ ਤਰਾਤ ਕੋ ਦਫਨ ਹੋਇਆ ਵਾ ਓ ਮੈਂ ਧੀਆਂ ਵੇ ਉਮਾਦੀਆਂ ਮੇਰੇ ਮੱਥੇ ਕਿਉਂ ਆ ਲੱਗਦਾ ਗਾਜ਼ੀ ਮੈਂ ਆਜ਼ਾਦ ਦੀ ਸੈਦ ਜ਼ਾਦੀ ਜਦੋਂ ਬੀਬੀ ਆਖਿਆ ਬਾਸ ਮੇਰੇ ਵਿਹੜੇ ਕਿਉਂ ਆਂਦਾ ਰਹੀ ਹੈ ਅੱਬਾਸ ਹੱਥ ਬੰਨ ਕੇ ਆਦੇ ਬੀਬੀ ਅਗਲੀ ਮਾਫੀ ਚੜਿਓ ਅਲਾ ਨਸਾਂ ਜਿਵੇਂ ਬੇਣੀ ਬਿਰਾਵਾਂ ਘੁੰਮਣ ਦੀਏ ਬੀਬੀ ਅੱਬਾਸ ਕੁਚਾਏ ਬੀਬੀ ਹਾਂ ਨਾ ਲਏ ਬੀਬੀ ਮੂੰਹ ਚੁਮਾਏ ਅੱਬਾਸ ਤੋ ਦੇਖ ਕੇ ਰੋ ਰੋ ਕੇ ਖੜੀਆ ਦੀਏ ਭੇਣੀ ਦੀ ਗਾਲ ਕੁਚਨ ਗਾਜ਼ੀ ਤੇ ਇੰਜ ਨਹੀਂ ਮਹਿਸੂਸ ਕਰੀਂਦਾ ਆਖੇ ਲੱਗ ਕੇ ਮਾਵਾਂ ਦੇ ਨਹੀਂ ਵਿਹੜਾ ਛੋੜ ਦਵੀਂਦਾ ਅੱਬਾਸ ਮੇਰੇ ਨਾਲ ਜਰੁਸ ਦੇ ਆ ਤੇ ਹੁੰਦੀਆਂ ਬੇੜੀ ਮਿਸਾਲ ਮਹਿਮਾਨ ਦੇ ਉਹ ਨਹੀਂ ਬੇੜੀ ਨਾਲ ਰੁਸੀਂਦਾ ਮਾਂ ਉਂਬਲ ਬਨੀਨ ਕੋ ਸਦਗਾ ਫਿਜ਼ਾ ਮੈਥੋਂ ਨਹੀਂ ਅੱਬਾਸ ਮਨੀਦਾ ਕਰੀਮ ਅੱਲਾ ਤੁਹਾਡੀ ਮੁਹਾਫਜ਼ਤ ਫਰਮਾਏ ਆਮੀਨ ਆਖੋ ਚਾਹੋ ਮੋਮੇ ਜਿਤਨੇ ਕਦਮ ਚੱਲ ਕੇ ਆਇਓ ਕਦਮ ਕਦਮ ਤੇ ਕਰੀਮ ਅੱਲਾ ਤੁਹਾਡੇ ਸਗੀਰਾ ਕਬੀਰਾ ਗੁਨਾਹ ਮਾਫ਼ ਫਰਮਾਏ ਅੱਲਾ ਬਾਨੀ ਮਜਲਿਸ ਦੇ ਨੇਕ ਇਰਾਦੇ ਪੂਰੇ ਫਰਮਾਏ ਸਾਡੇ ਲੱਖਾਂ ਦੇ ਕਰੋੜਾਂ ਦੀ ਹਿੱਕਾ ਦੁਆ ਹੈ ਕਿ ਸਾਡੇ ਮਾਮੇ ਜ਼ਮਾਨਾ ਬਰਹੱਕ ਦਾ ਜਲਦ ਜ਼ਹੂਰ ਹੋਵੇ ਔਰ ਅਸੀਂ ਸਾਰੇ ਇਸ ਕਾਬਿਲ ਬਣ ਵਜੀਏ ਕਿ ਇਮਾਮ ਦੀ ਜ਼ਿਆਰਤ ਕਰੀਏ ਗੁਜ਼ਾਰਿਸ਼ ਕਰੇ ਸਾ ਜਿਹੜੇ ਪਿੱਛੇ ਬੰਦੇ ਬੈਠੋ ਦੋ ਚਾਰ ਸਾਹਮਣੇ ਆਵਾਂ ਜੋ ਕੋਈ ਗੱਲ ਨਹੀਂ ਆਵਾਂ ਜੋ ਮਿਹਰਬਾਨੀ ਹੋਸੀ ਇਜਾਜ਼ਤ ਹੈ ਕਿਬਲ ਹਜ਼ਰ ਹਸਨ ਜ਼ੈਦੀ ਸਾਹਿਬ ਮੌਲਾ ਦਰਜਾਤ ਬੁਲੰਦ ਕਰੇ ਉਹਨਾਂ ਦੇ ਜੁਮਲੇ ਤੋਂ ਇਬਤਦਾ ਪਿਆ ਕਰੇ ਨਾ ਕਿ ਮਾਂ ਰੋਕਾ ਨਹੀਂ ਅੱਬਾਸ ਨੂੰ ਕਿ ਤੂੰ ਹਸਨ ਅਤੇ ਹੁਸੈਨ ਦੇ ਘਰ ਨਾ ਗਿਆ ਕਰ ਮਾਂ ਸਿਰਫ ਇੱਕ ਗੱਲ ਪੁੱਛੇ ਅੱਬਾਸ ਮੈਂ ਕੋ ਦੱਸਾਂ ਇਹ ਹਸਨ ਅਤੇ ਹੁਸੈਨ ਤੇਰੇ ਕੀ ਲੱਗਦੇ ਨੇ ਅੰਮਾ ਮੇਰੇ ਭਰਾ ਜ਼ੈਨਬ ਅਤੇ ਕਲਸੂਮ ਅੰਮਾ ਮੇਰੀਆਂ ਭੈਣਾਂ ਬੀਬੀ ਅਲੀ ਅੱਬਾਸ ਕੋਈ ਸ਼ੱਕ ਨਹੀਂ ਤੂੰ ਵੀ ਅਲੀ ਦਾ ਪੁੱਤਰ ਹੈ ਉਹ ਵੀ ਅਲੀ ਦੀਆਂ ਧੀਆਂ ਲੇਕਿਨ ਇੱਕ ਫਰਕ ਜ਼ਰੂਰ ਹੈ ਤੂੰ ਉਹਨਾਂ ਦੀ ਨੌਕਰਾਨੀ ਦਾ ਪੁੱਤਰ ਹੈ ਉਹ ਬਤੂਲ ਦੀਆਂ ਧੀਆਂ ਇਹ ਗੱਲ ਜ਼ਿਹਨ 'ਚ ਰੱਖੇ ਅਗਲੀ ਗੱਲ ਜਨਾਬ ਅੱਬਾਸ ਸਾਹਿਬ ਕੀਤੇ ਅੰਮਾ ਵੱਤ ਮੇਰਾ ਹੱਕ ਬਣਦਾ ਮੈਂ ਉਹਨਾਂ ਦੇ ਘਰ ਨਾ ਮੰਜਾ ਨਾ ਬੀਬੀ ਅਦੇ ਕਿਉਂ ਉਹ ਸਰਦਾਰ ਜੋ ਹਨ ਅੰਮਾ ਤੂੰ ਤਾਂ ਨਹੀਂ ਦੇਦੀ ਜੈ ਕੋ ਮੁਸੱਲੇ ਅਤੇ ਦਾਈਆਂ ਨਹੀਂ ਲੈ ਵੈਂਦੀਆਂ ਅੰਮਾ ਉਹ ਬੀਬੀ ਸਾਰਾ ਦੇ ਮੈਂ ਕੋ ਚਹਿੰਦੇ ਚਹਿੰਦੇ ਥੱਕਦੀ ਨਹੀਂ ਅੰਮਾ ਤੇ ਮੈਂ ਉਹਨਾਂ ਦੇ ਘਰ ਨਾ ਵੰਜਾਂ ਬੀਬੀ ਮੈਂ ਕੋ ਨੱਚੇ ਸੀ ਨਾ ਬੀਬੀ ਅਦੇ ਬਰਦਾਸ਼ਤ ਕਰ ਸਕਦਾ ਤਾਂ ਨਾ ਵੰਜੇ ਕਈ ਦਿਨ ਤ੍ਰੈ ਦਿਹਾੜੇ ਤ੍ਰੈ ਨਮਾਜ਼ਾਂ ਇੱਕ ਨਮਾਜ਼ ਹਕਲਿਆਂ ਪੜ੍ਹੀ ਨੇ ਸਲਾਮ ਪੜ੍ਹਨ ਦੇ ਬਾਅਦ ਹੀ ਕੁਝ ਬੀਬੀ ਬਰਦਾਸ਼ਤ ਕੀਤਾ ਸਰ ਅਤੇ ਅਦਬ ਦੀ ਰਿਦਾ ਜੋੜੀਅਸ ਅਦੀ ਕਲਸੋਮ ਭੇਣ ਥਾਈ ਮੁਸੱਲੇ ਤੇ ਮੰਗ ਦੁਆ ਸ਼ਾਲਾ ਮੇਰੇ ਅੱਬਾਸ ਕੋ ਖੈਰ ਹੋਵੇ ਇਹ ਹੋ ਨਹੀਂ ਸਕਦਾ ਮੇਰਾ ਅੱਬਾਸ ਖਰੀਅਤ ਨਾਲ ਹੋਵੇ ਤੇ ਮੇਰੇ ਘਰ ਨਾ ਆਵੇ ਬੁਰਕੇ ਪਾ ਕੇ ਤੁਰੀਆਂ ਦੁਨੀਆ ਕੋ ਅਦਬ ਹਯਾ ਸਿਖਾਉਣ ਵਾਲੀ ਸੈਣੀ ਮਾਂ ਉਂਬਲ ਬਨੀਨ ਦੇ ਸਾਹਮਣੇ ਆਈਆਂ ਅੰਮਾ ਸਾਡੇ ਅੱਬਾਸ ਕੋ ਖੈਰੇ ਹਾਂ ਬੀਬੀ ਖੈਰੇ ਅੰਮਾ ਸਾਡਾ ਅੱਬਾਸ ਕਿੱਥੇ ਬੀਬੀ ਉਹ ਸਾਹਮਣੇ ਮਕਾਨ 'ਚ ਹੁਣ ਜਨਾਬ ਅੱਬਾਸ ਤੇ ਔਖੀ ਬਣ ਗਈ ਹੈ ਦਰਵਾਜ਼ੇ ਤੋਂ ਡਿੱਠਸ ਜੋ ਸੈਣੀ ਆਉਂਦੀਆਂ ਪਈਆਂ ਵਲਾ ਜ਼ਮੀਨ ਤੋਂ ਡਿੱਠਸ ਵਿਹੜੇ ਚਾਹੀਆਂ ਦੀਦ ਨਿਸ ਚਾਹੀ ਕਮਰੇ ਚਾਹੀਆਂ ਦੀਦ ਨਿਸ ਚਾਹੀ ਕੁਰਸੀਆਂ ਬਣਾ ਕੇ ਹੌਲੇ ਹੌਲੇ ਆਦੇ ਖਲੇ ਨੌਕਰਾਂ ਦੇ ਘਰ ਕਿਵੇਂ ਆਇਓ ਜੈ ਭੇਣ ਪਹਿਲੀ ਦਫ਼ਾ ਲਫ਼ ਸੁਣੇ ਜੇ ਨੌਕਰਾਂ ਦੇ ਘਰ ਕਿਵੇਂ ਆਇਓ ਬੀਬੀ ਅਦੀ ਅੱਬਾਸ ਮੈਂ ਕੋ ਦੱਸਾਂ ਤੂੰ ਮੇਰਾ ਕੀ ਲੱਗਦਾ ਬੀਬੀ ਮੈਂ ਨੌਕਰ ਅਤੇ ਮੈਂ ਕੌਣਾ ਤੂੰ ਮੇਰੀ ਸੈਣੇ ਬੀਬੀ ਅਲੀ ਅੱਬਾਸ ਚੰਗੇ ਨੌਕਰ ਹੁੰਦੇ ਜਿਹੜੇ ਸਰਦਾਰਾਂ ਦੀ ਮੰਨਦੇ ਨੇ ਬੀਬੀ ਕੋਈ ਸ਼ੱਕ ਨਹੀਂ ਬੀਬੀ ਅਲੀ ਅਜੇ ਤੂੰ ਨੌਕਰ ਹੈ ਅਤੇ ਮੈਂ ਸੈਣਾ ਵੱਤ ਮੈਂ ਤਾਂ ਕੋਈ ਸਹਿਣ ਥੀ ਕਿ ਹੁਕਮ ਪੈ ਦੇਣੀ ਆ ਮੈਂ ਕੋ ਭੇਣ ਸਦ
ਅੱਬਾਸ ਦੇ ਚਿਹਰੇ ਦਾ ਰੰਗ ਬਦਲੇ। ਖਾਲੀ ਝੋਲੀ ਵਾਲੀ ਸੈਣ ਸੈਣ ਮੇ ਕਲਸੂਮ ਭੇਣ ਦਾ ਮੋਢਾ ਹਲਾ ਕਿਆ ਦੀਏ ਮਜਬੂਰ ਨਾ ਕਰ ਭਿਰਾ ਮਰਵੇ ਸਿਆ ਦਸਾ ਪਰਦੇ ਕੌਣ ਬਣੇ ਸਿਆ ਕਦਾਂ ਭੇਣਾ ਸਦਸ ਚੰਨ ਮੁਹਰਮ ਦਾ ਇਕੈ ਠਿਜਰੀ ਜੁਮੇ ਦਾ ਰੋਜ਼ ਗੁਲਸ਼ਨ ਮੁਹੰਮਦ ਤੇ ਲੁੱਟ ਪੈ ਗਈ ਹੁਸੈਨ ਸੁਬਹ ਤੋਂ ਲੈ ਕੇ ਸ਼ਹਾਦਤ ਦੇ ਟਾਈਮ ਤੱਕ ਲਾਸ਼ਾਂ ਚਾਹੁੰਦਾ ਰਿਹਾ ਜਿਹੜਾ ਜਵਾਨ ਤੁਰਿਆ ਅੱਬਾਸ ਹੱਥ ਬੰਨ ਕੇ ਆਖਿਆ ਮੌਲਾ ਮੇਰੇ ਕੋ ਇਜਾਜ਼ਤ ਸੈਯਦਾ ਦਾ ਅੱਬਾਸ ਤੂੰ ਮੇਰੀ ਫੌਜ ਦਾ ਜਰਨੈਲ ਏ ਜੈ ਵੇਲੇ ਸਾਰੇ ਟੁਰ ਗਏ ਉਹ ਵੇਲੇ ਸਾਹਮਣੇ ਆਖੜੇ ਆਦਾ ਮੌਲਾ ਤੂੰ ਸਰਦਾਰ ਏ ਮੈਂ ਨੌਕਰ ਹਾਂ ਉਹ ਫੌਜ ਕਿੱਥਾਂ ਜਾਂਦਾ ਮੈਂ ਜਰਨੈਲ ਹਾਂ ਸਦਕੇ ਅਲੀ ਅਕਬਰ ਟੁਰ ਗਏ ਕਾਸਿਮ ਟੁਰ ਗਏ ਸੈਯਦਾ ਦਾ ਅੱਬਾਸ ਤੱਕ ਊ ਟੁਰਨੇ ਜੈ ਤੱਕ ਟੁਰਨ ਸਿਖਾਏ ਆਲੀ ਬੀਬੀ ਅੱਬਾਸ ਮੌਲਾ ਆਪਣੇ ਖੇਮੇ ਚੈਨ ਜਨਾਬੇ ਫਜ਼ਲ ਦੀ ਮਾਂ ਵਹਿਣ ਕਰਕੇ ਰੋਂਦੀ ਪਈਏ ਸੈਯਦਾ ਦੇ ਫਜ਼ਲ ਦੀ ਮਾਂ ਸ਼ਾਮ ਦਿਆਂ ਸਫਰਾਂ ਤੋਂ ਘਬਰਾ ਗਏ ਬੀਬੀ ਆਦੀ ਨਹੀਂ ਮੈਂ ਕੋਈ ਅਲੀ ਦੀਆਂ ਧੀਆਂ ਤੂੰ ਵੱਡੀ ਪਰਦਾਦਾਰ ਹਾਂ ਰੋਂਦੇ ਕਿਉਂ ਬੀਬੀ ਆਦੀ ਮੈਂ ਕੋਈ ਹੁਸੈਨ ਦੀ ਧੀ ਰੋਏ ਅੱਬਾਸ ਤੜੇ ਆਵਣ ਤੋਂ ਪਹਿਲੇ ਨਵੀਂ ਦਫ਼ਾ ਸਾਡੇ ਖੇਮੇ 'ਚ ਖਾਲੀ ਵੱਲੀਏ ਅਤੇ ਮੰਗਦੀ ਸਿਰਫ ਪਾਣੀ ਏ ਇਹ ਗੱਲਾਂ ਪਈਆਂ ਹੁੰਦੀਆਂ ਬੀਬੀ ਖਾਲੀ ਜਾਮ ਚਾਹ ਕੇ ਸਾਹਮਣੇ ਆਈਏ ਚਾਚਾ ਪਾਣੀ ਲਿਆ ਨਾ ਲਿਆ ਮੇਰੇ ਭਰਾ ਲਈ ਅਸਗਰ ਦੀ ਹਾਲਤ ਤਵੇਖ ਮੁੱਠੀ ਬੰਦਿਨ ਮੇਰਾ ਭਰਾ ਮਰਦਾ ਵੇਂਦੇ ਸੈਯਦ ਬਤਰੀ ਕੁਹਾਂ ਦੇ ਨਾਲ ਲਾਇਆ ਦੇ ਮਾਸੂਮਾ ਕੋਸ਼ਿਸ਼ ਬਹੁਤ ਕੀਤੀ ਏ ਤੇਰਾ ਬਾਬਾ ਇਜਾਜ਼ਤ ਨਹੀਂ ਦਿੰਦਾ ਬੀਬੀ ਆਦੀਏ ਚਾਚਾ ਤਿਆਰੀ ਮੈਂ ਕਰੈਨੀ ਹਾਂ ਮਸ਼ਕ ਮੈਂ ਪਵੈਨੀ ਹਾਂ ਇਜਾਜ਼ਤ ਮੈਂ ਲੈ ਦੇਣੀ ਹਾਂ ਸੈਯਦਾ ਦੇ ਗੱਲਾਂ ਤਰੇ ਤੜੀ ਮਰਜ਼ੀ ਦੀਆਂ ਤਿਆਰੀ ਕਰਾਂ ਮਸ਼ਕ ਹੀ ਪਵਾ ਇਜਾਜ਼ਤ ਹੀ ਲੈ ਦੇ ਗੱਲਾਂ ਤਰੇ ਤੜੀ ਮਰਜ਼ੀ ਦੀਆਂ ਅਤੇ ਇੱਕ ਗੱਲ ਮੇਰੀ ਮਰਜ਼ੀ ਦੀ ਚਾਚਾ ਉਹ ਕਿਹੜੀ ਸੈਯਦਾ ਦੇ ਮੇਰੇ ਨਾਲ ਵਾਅਦਾ ਕਰ ਮੈਨੂੰ ਟੁਰਦਾ ਵੇਖ ਕੇ ਤੁਹਾਡਾ ਬਾਬਾ ਰੋਵੇ ਨਹੀਂ ਬੀਬੀ ਆਦੀ ਚਾਚਾ ਜਾਂਦੇ ਤੈਂ ਜਾ ਬਿਰਾ ਪੇ ਟੁਰਦੇ ਹੋਵੇ ਉਹ ਰੋਵੇ ਨਹੀਂ ਬਸ ਅੱਬਾਸ ਦੇ ਹੱਥ ਮਾਸੂਮਾਂ ਦੇ ਪੈਰਾਂ 'ਤੇ ਇਦੋਂ ਹੁਸੈਨ ਦੇ ਦੋਵੇਂ ਹੱਥ ਕਮਰ 'ਤੇ ਠੱਡੀ ਆ ਭਰ ਕੇ ਨਜਫ ਦੋ ਮੂੰਹ ਕਰਕੇ ਆਦਾ ਬਾਬਾ ਹੁਣ ਮੇੜੀਆਂ ਬਿਹਣੀ ਦੇ ਬੁਰਕੇ ਨਹੀਂ ਬਚਦੇ ਅੱਬਾਸ ਘੋੜੇ 'ਤੇ ਚੜ੍ਹੇ ਪਤਾ ਉਹਨਾਂ ਬੀਬੀਆਂ ਕੋਏ ਜਿਹੜੀਆਂ ਅੱਬਾਸ ਦੇ ਆਸਰੇ 'ਤੇ ਟੁਰੀਆਂ ਵਧੀਆਂ ਕੋਈ ਆਦੀ ਹੈ ਸੁੰਝ ਮਦੀਨਾ ਕੋਈ ਆਦੀ ਹੈ ਬਰਬਾਦ ਮਦੀਨਾ ਸਾਰੀਆਂ ਬੀਬੀਆਂ ਉੱਚੇ ਵੇਣ ਕਰਕੇ ਰੋਂਦੀਆਂ ਪਈਆਂ ਏ ਨੇ ਇੱਕ ਬੀਬੀ ਏ ਜਾਂਦੇ ਵਾਲ ਸੁਫੈਦ ਦੁਆ ਦੇ ਹੱਥ ਬੁਲੰਦ ਕਰਕੇ ਆਦੀ ਮੈਡੇ ਲਾਜ ਮੈਡੇ ਪੁੱਤਰ ਹੀ ਹੋਵੇ ਨਾ ਮੈਂ ਹੁਸੈਨ ਤੂੰ ਕੁਰਬਾਨ ਕਰਾਂ ਅੱਬਾਸ ਘੋੜੇ ਦੀਆਂ ਵਾਗਾਂ ਰੋਕੀਏ ਨ ਸੈਯਦਾ ਦੇ ਅੰਮਾ ਰੋ ਨਹੀਂ ਮੈਂ ਮੈਦਾਨ ਚਲਾਨ ਕਰਕੇ ਅਕਸਾਂ ਉਂਬਲ ਬਨੀਨ ਦਾ ਨਹੀਂ ਮੈਂ ਫਿਜ਼ਾ ਦਾ ਪੁੱਤਰ ਬੀਬੀ ਆਦੀ ਅੰਮਾ ਸਮਝੇ ਨਹੀਂ ਵੱਤ ਘੋੜੇ ਤੂੰ ਲਹਿਆ ਬੀਬੀ ਆਦੀ ਮੈਂ ਕਨਾ ਦਾ ਲੜ ਚੈਨੀਆਂ ਰਕਾਬਾਂ ਤੇ ਝੋਕੇ ਖੈਮਾਂ ਦਾ ਮੰਜ਼ਰ ਡਿੱਠੀ ਵਈ ਅੱਬਾਸ ਝੋਕੇ ਡਿੱਠੇ 22 ਸਾਲਾਂ ਦਾ ਬੁੱਢੜਾ ਸੋਟੀਆਂ ਦੀ ਟੇਕ ਤੇ ਟੁਰਦਾ ਦੇ ਸੈਯਦਾ ਦੇ ਦਾਦੀ ਮੈਂ ਸੁਣਿਆ ਮੇਰਾ ਚਾਚਾ ਮੈਦਾਨ ਪਿਆਵੇਂ ਦੇ ਆਦੇ ਚਾਚੇ ਕੋਲ ਪੁੱਛ ਲਵਾਂ ਖੇਮੇ ਕਿਵੇਂ ਲਾਉਣੇ ਨੇ ਆਦੇ ਮੈਂ ਚਾਚੇ ਕੋਲ ਪੁੱਛ ਲਵਾਂ ਪਰਦੇ ਕਿਵੇਂ ਬਣਾਉਣੇ ਨੇ ਸੈਯਦਾ ਦੇ ਦੀ ਲੈ ਵੇ ਸੀ ਨਾ ਪਰਦੇ ਹੋਸੇ ਨਾ ਬਣਾਉਣੇ ਪੋਸੇ ਨ ਹੁਣ ਅੱਬਾਸ ਘੋੜਾ ਦਰਿਆ ਦੇ ਪਾਸੇ ਟੋਰੇ ਘੋੜਾ ਦਰਿਆ ਚਲਾਏ ਮਸ਼ਕ ਭਰੀਏ ਹੱਥਾਂ ਤੋਂ ਦੇਖ ਕੇ ਆਦਾ ਜਾਂ ਅਕਬਰ ਦਾ ਬਾਬਾ ਤਸੇ ਤੁਸਾਂ ਤਰ ਹੋ ਗਏ ਹੋ ਵਾਅਦਾ ਕਰੇ ਨਾ ਜਦ ਅਕਬਰ ਦਾ ਬਾਬਾ ਮਿਲਣਾ ਸੀ ਤੁਸਾਂ ਨਾਲ ਨੋ ਸੋ ਅੱਬਾਸ ਘੋੜੇ ਤੇ ਚੜ ਪਏ ਅੱਬਾਸ ਦੇ ਸੱਜੀ ਹੱਥ ਚੱਲਮੇ ਅੱਲਮ ਲਹਿਰਾਂ ਦਾ ਦੇ ਜੈ ਪਾਸੇ ਅੱਬਾਸ ਦਾ ਘੋੜਾ ਵੇਂਦੇ ਸਾਰੀਆਂ ਬੀਬੀਆਂ ਖੈਮਾ ਦੇ ਦਰ ਤੇ ਇਕੱਠੀਆਂ ਆਲੀਆ ਬੀਬੀ ਸਾਰੀਆਂ ਬੀਬੀਆਂ ਕੁਸਾਰਾ ਦੇਂਦੀਆਂ ਦੀ ਰੋਵੋ ਨਹੀਂ ਮੈਡਾ ਭਿਰਾਂ ਦਾ ਪਏ ਤੁਹਾਨੂੰ ਪਾਣੀ ਜ਼ਰੂਰ ਮਿਲਸੀ ਜਿਵੇਂ ਬੀਬੀ ਦੇ ਦੀ ਪਈਆ ਇਹ ਕਮਲੂਨ ਨਾ ਲਏ ਜੈ ਵਾਰ ਕੀਤਾ ਅੱਬਾਸ ਦਾ ਸੱਜਾ ਬਾਜ਼ੂ ਕਲਮ ਹੋਏ ਅੱਲਮ ਝੁਕੇ ਬੀਬੀ ਮਿੱਟੀ ਤੇ ਜਾਣ ਪਈਏ ਸਰ ਤੂੰ ਚਾਦਰ ਢਲੀਏ ਤਾਈ ਚਾ ਚਾ ਦੇਂਦੀਆਂ ਦੀ ਅੰਮਾ ਨਾ ਦੇ ਹੁਣ ਲਹਿ ਗਈਏ
ਦੂਏ ਮਲੂਨ ਵਾਰ ਕੀਤਾ ਅੱਬਾਸ ਦਾ ਖੱਬਾ ਬਾਜ਼ੂ ਕਲਮ ਹੋਇਆ। ਹੁਣ ਅੱਬਾਸ ਮਸ਼ਕ ਦੀਆਂ ਡੋਰੀਆਂ ਮੂੰਹ ਚ ਪਾਤੀਆਂ, ਜਿੱਦੂ ਤੀਰਾਂ ਦਾ ਦੇਦਾ ਅੱਬਾਸ ਜਿਸਮ ਸਾਹਮਣੇ ਕਰੇਂਦਾ ਮਸ਼ਕ ਬਚੇਂਦੇ। ਇੱਕ ਕਮੀ ਨੇ ਤੀਰ ਮਾਰੇ ਜਿਹੜਾ ਮਸ਼ਕ ਚ ਲੱਗਾ, ਪਾਣੀ ਨਹੀਂ ਲੁੜਾ। ਅੱਬਾਸ ਦੀ 32 ਸਾਲਾਂ ਦੀ ਮਿਹਨਤ ਜ਼ਮੀਨ ਤੇ ਆਈਏ, ਸਯਾਦਾ ਦਾ ਘੋੜਾ ਖੇਮਾ ਨਵਜ ਕਈ ਝਿੱਕੀ ਜਾਤ ਲੈ ਵਜ। ਅਕਬਰ ਦਾ ਬਾਬਾ ਲਾਂਦਾ ਨਾ ਵੇਖੇ, ਉਕੂ ਅੱਗੇ ਅਕਬਰ ਦੀ ਮੌਤ ਖਾ ਗਈਏ। ਇਮਾਮ ਅੱਬਾਸ ਦੇ ਜੁਮਲੇ ਸੁਣੇ ਨ ਕਮਰ ਤੇ ਆਤਰਾ ਕੇ ਔਖਾ ਉੱਠੇ। ਆਦਾ ਦੂਰ ਨਵਜ ਨਾ ਟੁਰ ਸਕਦਾ, ਆਦੇ ਮੇਰੀ ਤਾਕਤ ਮੁੱਕ ਗਈ ਏ ਵਾਗਰੋ ਗਰੀਬ ਸਦੇ ਦਈ। ਔਖਾ ਯਾ ਸੌਖਾ ਅੱਬਾਸ ਦੀ ਲਾਸ਼ ਤੇ ਸਯਾਦਾ ਦੇ ਅੱਬਾਸ ਮੈਂ ਮੰਗਦਾ। ਅੱਬਾਸ ਦੇ ਮੌਲਾ ਮੈਂ ਕਿਆ ਦੇਵਣ ਜੋਗਾ, ਸਯਾਦਾ ਦੇ ਉਹ ਕੁਝ ਮੰਗਦਾ ਜੋ ਕੋਈ ਦੇ ਸਕਦੇ। ਮੌਲਾ ਰੋਵੋ ਨਹੀਂ ਹੁਕਮ ਕਰੋ, ਸਯਾਦਾ ਦੇ ਅੱਬਾਸ ਮੈਂ ਕੁੰਭਰਾ ਸਦ। ਅੱਬਾਸ ਦੇ ਮੌਲਾ ਮਾਂ ਨਾਰਾਜ਼ ਹੋ ਸੀ, ਸਯਾਦਾ ਦੇ ਅੱਬਾਸ ਤੇ ਕੁਮਾ ਮਿਲੇ ਨਾ। ਅੱਬਾਸ ਦੀ ਨਿਗਾਹ ਪਈਆ ਦਾ ਨੌਕਰ ਮਰਵੇ ਸੀਆ ਹੱਥ ਟਾ ਲੈ, ਸਯਾਦਾ ਦਾ ਅੱਬਾਸ ਕਿਆ ਡਿੱਠਿਆ ਦਾ ਮੌਲਾ ਮਦੀਨੇ ਦਾ ਸ਼ਹਿਰ ਜੰਨਤੁਲ ਬਕੀਆ। ਤੇਰੀ ਮਾਂ ਕਮਰ ਤੱਕ ਬਹਿਰਾ ਹੀ ਖੜੀਏ, ਦੋਵੇਂ ਹੱਥ ਪਾਸੇ ਤੂੰ ਚਵੇ ਹੋਏ ਨ, ਰੋ ਰੋ ਕੇ ਆਦੀਏ ਉਮਲ ਬਨੀਨ ਮੈਡਾ ਹੁਸੈਨ ਵਧਾ ਰੋਂਦੀ। ਬੀਬੀ ਆਦੀਏ ਮਾਂ ਰਾਜ਼ੀ ਆਈ ਵੇ ਮੈਡਾ ਵਫਾਦਾਰ ਬਚੜਾ, ਬੀਬੀ ਆਦੀਏ ਮਾਂ ਰਾਜ਼ੀ ਆਈ ਵੇ ਮੈਡਾ ਸੋਹਣਾ ਬਚੜਾ। ਆਦੇ ਮੁਲਕੇ ਤੱਕ ਫਿਰਾ ਸਦਾ ਤੇਰਾ ਜਵੇ ਸੋ, ਸਯਾਦਾ ਦੇ ਬਾਜੇ ਤੱਕ ਸਾ ਚਲਦੇ ਪਏ ਨੀ। ਹੁਣ ਅੱਬਾਸ ਦੇ ਹਯੋ ਮੈਡਾ ਪੁੱਤਰਾ ਮੋਇਆ ਫਿਰਾ, ਮੈਡਾ ਪੁੱਤਰਾਂ ਦੀਆਂ ਲਾਸ਼ਾਂ ਚਾ ਚਾ ਥੱਕਿਆ ਫਿਰਾ। ਅੱਬਾਸ ਚੁੱਪ ਕਰ ਗਿਆ, ਮੈਡੇ ਮਾਮਾ ਦਾ ਰੋਂਦਾ ਵੇ ਨੇ ਬੋਲੇ ਨਾ ਕਿਉਂ ਨਹੀਂ। ਆਦੇ ਮੁਲਤਰੀ ਮੇਰੇ ਫਿਰਾ ਸਦਾ ਜ਼ਮੀਨ ਪਈ ਹਲਦੀ ਏ, ਸਯਾਦਾ ਦੇ ਅੱਬਾਸ ਤੇਰਾ ਸਰ ਉੱਠੇ ਨਾ ਖੈਮਾ ਤੋਂ ਦੇਖ। ਅੱਬਾ ਦਿੱਠੇ ਬੀਬੀਆਂ ਦੇ ਵਾਲ ਖੁੱਲੇ ਹੋਏ ਨ, ਰੋ ਰੋ ਕੇ ਆਦੀਆਂ ਨਸਾਂ ਸ਼ਾਮ ਵੰਜਣਾ ਏ।